ਹਰਵਿੰਦਰ ਪੰਡਾਲ ਦਾ ਨੋਵਲ ਮੈਲੀ ਮਿੱਟੀ ਦਾ ਦੂਸਰਾ ਭਾਗ ਉਡਾਰੀ ਦਾ ਪਹਿਲਾ ਹਿੱਸਾ ਫਿਰਨੀ ਕੀ ਹੁੰਦੀ ਆ ਸ਼ਹਿਰ 'ਚ ਜੰਮੀ ਪਲੀ ਕਵਿਤਾ ਨੇ ਇੱਕ ਵਾਰ ਖੁਸ਼ਵੰਤ ਨੂੰ ਪੁੱਛਿਆ ਸਾਰੇ ਪਿੰਡ ਨੂੰ ਘੁੰਮਵਲਣ ਵਾਲਾ ਰਾਹ ਹੁੰਦੀ ਆ ਫਿਰਨੀ ਖੁਸ਼ਵੰਤ ਨੇ ਸਮਝਾਇਆ ਇਹ ਸ਼ਹਿਰ 'ਚ ਫਿਰਨੀ ਨਹੀਂ ਹੁੰਦੀ ਉਹਨੇ ਫਿਰ ਭੋਲੇ ਪਾ ਪੁੱਛਿਆ ਸੀ ਨਹੀਂ ਸ਼ਹਿਰ 'ਚ ਫਿਰਨੀ ਨਹੀਂ ਹੁੰਦੀ ਕਿਉਂ ਕਿਉਂਕਿ ਸ਼ਹਿਰ ਹਮੇਸ਼ਾ ਬਾਹਰ ਨੂੰ ਫੈਲਦਾ ਰਹਿੰਦਾ ਹੈ ਵੱਧਦਾ ਰਹਿੰਦਾ ਹੈ ਪਿੰਡ ਉਜੜਦਾ ਉਜੜਦਾ ਰਹਿੰਦਾ ਹੈ ਦੁਨੀਆ ਦੇ ਸਾਰੇ ਪਿੰਡੋ ਜੜਨ ਲਈ ਹੀ ਵਸਦੇ ਹਨ ਬੇਸ਼ੱਕ ਉਸ ਪਿੰਡ ਉਤੇ ਪੀਰ ਸ਼ਾਹ ਇਨਾਇਤ ਦੀ ਮੇਰੀ ਕਿਉਂ ਨਾ ਹੋਵੇ ਲੋਕ ਹਮੇਸ਼ਾ ਪਿੰਡ ਚੋਂ ਬਾਹਰ ਨਿਕਲਦੇ ਹਨ ਪਿੰਡ ਵੱਲ ਪਰਤਦੇ ਨਹੀਂ ਖੁਸ਼ਵੰਤ ਵੀ ਖਿਆਲਾਂ ਚ ਹੀ ਪਿੰਡ ਪਰਤਦਾ ਹੈ ਉਸ ਪਿੰਡ ਵੱਲ ਜਿਸ ਵਿੱਚ ਉਸ ਤੋਂ ਪਹਿਲਾਂ ਦੀਆਂ ਪੀੜ੍ਹੀਆਂ ਵੀ ਜਵਾਨ ਹੋਈਆਂ ਹੋਣਗੀਆਂ ਜਵਾਨ ਆਪੋ ਚ ਲੜਦੇ ਵੀ ਨੇ ਤੇ ਇਸ਼ਕ ਵੀ ਕਰਦੇ ਨੇ ਲੋਕ ਉਹਨਾਂ ਨੂੰ ਲੜਨ ਦੀ ਖੁੱਲਤਾ ਦਿੰਦੇ ਨੇ ਪਰ ਇਸ਼ਕ ਕਰਨ ਦੀ ਨਹੀਂ ਪਿੰਡ ਉਹਨਾਂ ਲਈ ਇੱਕ ਘਰ ਵਾਂਗ ਹੈ ਤੇ ਇੱਕੋ ਘਰ ਦੇ ਜੀ ਆਪੋ ਚ ਇਸ਼ਕ ਪੇਚਾ ਨਹੀਂ ਪਾ ਸਕਦੇ ਬੇਸ਼ੱਕ ਪਿੰਡ 'ਚ ਕਿੰਨੀਆਂ ਜਾਤੀਆਂ ਤੇ ਗੋਤਾਂ ਦੇ ਟੱਬਰ ਵਸਦੇ ਹੋਣ ਪਰ ਪਿੰਡ ਦਾ ਨਾਂ ਉਹਨਾਂ ਕਰਕੇ ਹੀ ਹੁੰਦਾ ਜਿਨ੍ਹਾਂ ਦੀ ਪਿੰਡ 'ਚ ਚੌਧਰ ਹੋਵੇ ਪਰ ਫਿਰ ਵੀ ਇਸ਼ਕ ਹਰ ਥਾਂ ਵਾਪਰਦੇ ਰਹਿੰਦੇ ਹਨ ਇਸ਼ਕ ਦੀ ਆਪਣੀ ਆਪਣੀ ਬਾਤ ਵੀ ਪੈਂਦੀ ਰਹਿੰਦੀ ਹੈ ਕਈ ਵਾਰ ਲੜਾਈ ਤੇ ਇਸ਼ਕ ਦੀ ਬਾਤ ਇੱਕੋ ਵੇਲੇ ਉਲਝ ਜਾਂਦੀ ਹੈ ਕਿੰਨੇ ਦੁਖਾਂਤ ਜੰਮਦੇ ਨੇ ਇਸੇ ਉਲਝਣ ਵਿੱਚੋਂ ਜਿਵੇਂ ਹਰਪਾਲ ਤੇ ਪਾਸ਼ੀ ਦੀ ਇਸ਼ਕ ਦਾ ਦੁਖਾਂਤ ਤੇ ਫਿਰ ਪੰਜ ਬੰਦਿਆਂ ਵੱਲੋਂ ਕੱਲੇ ਹਰਪਾਲ ਨੂੰ ਘੇਰ ਕੇ ਕੀਤੀ ਕਤਲ ਦਾ ਮਹਾ ਦੁਖਾਂਤ ਪੀਰ ਸ਼ਾਇ ਨਾਇਦ ਦੀ ਮੇਰ ਵਾਲੇ ਪਿੰਡ ਦੀਆਂ ਚਾਰ ਪੱਤੀਆਂ 'ਚੋਂ ਤਿੰਨ ਮੁੱਖ ਰੂਪ 'ਚ ਜੱਟਾਂ ਦੀਆਂ ਹੀ ਪੱਤੀਆਂ ਹਨ ਚੌਥੀ 'ਚ ਵਾਧਰ ਘਰ ਰਲੀਆਂ ਮਿਲੀਆਂ ਜਾਤਾਂ ਦੇ ਹਨ ਮਜਬੀਆਂ ਦਾ ਵੇੜਾ ਇਹਨਾਂ ਸਾਰੀਆਂ ਪੱਤੀਆਂ ਤੋਂ ਵੱਖਰਾ ਸੀ ਪਿੰਡ ਦੀ ਸਿਆਸਤ ਵਿੱਚ ਜੱਟੇ ਚੌਧਰ ਲਈ ਆਪੋ 'ਚ ਭੜਦੇ ਬਾਕੀ ਜਾਤਾਂ ਦੇ ਲੋਕ ਆਪਣੀ ਰੋਟੀ ਰੋਜ਼ੀ ਦੇ ਜੁਗਾੜਾਂ 'ਚ ਉਲਝੇ ਰਹਿੰਦੇ ਹਨ ਪਰ ਕਦੇ-ਕਦੇ ਵੀ ਆਪਸ 'ਚ ਭੜ ਹੀ ਜਾਂਦੇ ਜੱਟਾਂ ਤੋਂ ਆਪਣੇ ਆਪ ਨੂੰ ਘੱਟ ਨਹੀਂ ਸੀ ਸਮਝਦੇ ਬੇਸ਼ੱਕ ਜੱਟਾਂ ਦੇ ਸਾਹਮਣੇ ਆਮ ਤੌਰ ਤੇ ਨਿਵੇਂ ਰਹਿੰਦੇ ਹੋਰ ਦੀਨ ਦੁਨੀਆ ਦਾ ਕਿਸੇ ਨੂੰ ਘਾਟੇ ਪਤਾ ਹੁੰਦਾ ਬਹੁਤਿਆਂ ਨੇ ਤਾਂ ਕਦੇ ਰੇਲ ਗੱਡੀ ਤੇ ਚੜ੍ਹ ਕੇ ਵੀ ਨਹੀਂ ਸੀ ਦੇਖਿਆ ਤੇ ਮੁਲਕ ਦੀ ਰਾਜਧਾਨੀ ਨੂੰ ਜਾਂਦੀ ਰੇਲ ਦੀ ਲਾਈਨ ਪਿੰਡ ਦੇ 20 ਮੀਲ ਦੂਰੋਂ ਲੰਘਦੀ ਸੀ ਬਹੁਤਿਆਂ ਲਈ ਇਹ 20 ਮੀਲ ਹੀ ਅਨੰਤ ਦੂਰੀ ਸੀ ਜਿੱਥੇ ਜਾਣ ਲਈ ਪਿੰਡ ਦੇ 20 ਮੀਲ ਦੂਰੋਂ ਗੱਡੀ ਫੜਨੀ ਪੈਂਦੀ ਸੀ ਮੁਲਕ ਦੀ ਉਸ ਰਾਜਧਾਨੀ 'ਚ ਏਸ਼ੀਆ ਦੇ ਮੁਲਕਾਂ ਦੀਆਂ ਖੇਡਾਂ ਹੋਈਆਂ ਜਿਹੜੇ ਲੋਕ ਖਰੀਦ ਸਕਦੇ ਸਨ ਖੇਡਾਂ ਤੋਂ ਪਹਿਲਾਂ ਉਹਨਾਂ ਲੋਕਾਂ ਨੇ ਬਕਸੇ ਜੇ ਖਰੀਦ ਲਏ ਇਹਨਾਂ ਬਕਸਿਆਂ ਤੋਂ ਰਾਜस्तानी ਚ ਖੇਡੇ ਮੈਚ ਦਿਸਣੇ ਸਨ। ਇਹ ਨਵੇਂ ਯੁੱਗ ਦੇ ਬਾਈਸਕੋਪ ਸਨ। ਬਕਸੇ ਤੋਂ ਇੱਕ ਤਾਰ ਖਿੱਚ ਕੇ ਛੱਤ ਉੱਤੇ ਖੜੀ ਐਂਟੀਨੇ ਨਾਲ ਬੰਨ੍ਹਣੀ ਪੈਂਦੀ ਸੀ। ਪਿੰਡ ਵਾਲੇ ਕਹਿੰਦੇ ਵੀ ਕਿੰਨੀ ਤਰੱਕੀ ਕਰ ਲਈ ਸੈਂਸ ਨੇ। ਆਹ ਰਾਜस्तानी ਚ ਹੋਈ ਵਾਪਰੀ ਗੈਬ ਕਰਕੇ ਹਵਾ ਚ ਉਡਾ ਦਿੰਦੇ ਆ ਕਿ ਉਹਨੂੰ ਹੀ ਇਹ ਐਂਟੀਨਾ ਫੜ ਕੇ ਬਕਸੇ 'ਚ ਪਾਉਂਦਾ। ਬਕਸੇ 'ਚ ਆ ਕੇ ਰੋਜ਼ ਸ਼ਾਮ ਨੂੰ ਇੱਕ ਸੁਨੱਖੀ ਜੀ ਮੁਟਿਆਰ ਲੋਕਾਂ ਨੂੰ ਖ਼ਬਰਾਂ ਵੀ ਸੁਣਾਉਂਦੀ। ਲੋਕਾਂ ਨੂੰ ਸਵੇਰੇ ਆਉਂਦੀ ਅਖਬਾਰ ਤੋਂ ਪਹਿਲਾਂ ਹੀ ਦਿਨੇ ਹੋਈ ਬਿੱਤੀ ਦਾ ਪਤਾ ਲੱਗ ਜਾਂਦਾ ਪਿੰਡ ਦੇ ਬੰਦੇ ਔਰਤਾਂ ਬਕਸੇ 'ਚ ਬੈਠੇ ਤੁਰੇ ਫਿਰਦੇ ਜਾਂ ਗੱਲਾਂ ਕਰਦੇਆਂ ਨੂੰ ਬੇਵਿਸ਼ਵਾਸੀ ਜਿਹੀ ਨਾਲ ਤੱਕਦੇ ਕਈ ਬੁੜੀਆਂ ਬਕਸੇ ਦੇ ਆ ਨੇੜੇ ਬਹਿ ਜਾਂਦੀਆਂ ਬਕਸੇ 'ਚ ਖਬਰਾਂ ਪੜ੍ਹਦੀਆਂ ਜਾਂ ਕਿਸੇ ਪ੍ਰੋਗਰਾਮ ਬਾਰੇ ਦੱਸਦੀਆਂ ਔਰਤਾਂ ਉਹਨਾਂ ਨੂੰ ਪਰੀਆਂ ਜਿਹੀਆਂ ਲੱਗਦੀਆਂ ਪਰੀਆਂ ਵਾਂਗ ਹੀ ਕਿਸੇ ਹੋਰ ਧਰਤੀ ਦੀਆਂ ਜਾਈਆਂ ਕਈ ਤਾਂ ਉਹਨਾਂ ਨਾਲ ਗੱਲਾਂ ਕਰਨ ਦਾ ਯਤਨ ਵੀ ਕਰਦੀਆਂ ਤੇ ਗਿਆਨੀ ਮਾਸਟਰ ਚਾਚੇ ਦੀ ਮਾਂ ਨੇ ਵੀ ਖਬਰਾਂ ਦੱਸਣ ਵਾਲੀ ਨੂੰ ਪੁੱਛਣ ਦੀ ਹਿੰਮਤ ਕੀਤੀ ਸੀ ਪਲਾਂ ਦਾਸ ਖਾਂ ਤੂੰ ਤਾਂ ਸਾਨੂੰ ਦਿਖਦੀਆਂ ਅਸੀਂ ਵੀ ਤੈਨੂੰ ਦਿਨੇ ਆ ਤੇ ਖਬਰਾਂ ਵਾਲੀ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਗਿਆਨੀ ਮਾਸਟਰ ਚਾਚੇ ਦੀ ਮਾਂ ਨੂੰ ਲੱਗਿਆ ਇਹ ਸ਼ਹਿਰ ਨਾਲ ਇਦਾਂ ਦੀਆਂ ਹੀ ਹੁੰਦੀਆਂ ਘਮੰਡੀ ਜੀਆਂ ਤੇ ਬਕਸੀ ਬਕਸੇ ਦੀ ਹੀ ਮਹਿਮਾ ਸੀ ਕਿ ਰਾਣੀ ਨੇ ਬੱਚਿਆਂ ਨੂੰ ਮੁਲਕ ਛੋਣ ਵਾਲੀਆਂ ਖੇਡਾਂ ਦਿਖਾਉਣ ਲਈ ਸਕੂਲਾਂ 'ਚ ਛੁੱਟੀਆਂ ਕਰਤੀਆਂ ਸੀ ਖੁਸ਼ਵੰਤ ਦੀ ਸਕੂਲੇ ਪੜ੍ਹਦੀ ਪੀੜ੍ਹੀ ਦੀ ਇਹ ਦੁਨੀਆ ਨਾਲ ਪਹਿਲੀ ਰਸਮੀ ਮੁਲਾਕਾਤ ਸੀ ਜਿਨ੍ਹਾਂ ਦੇ ਕਰੀਮ ਬਕਸੇ ਨਾ ਆਏ ਉਹਨਾਂ ਨੇ ਆਣ ਗੁਆਣ ਦੇ ਘਰਾਂ 'ਚ ਮੈਚ ਦੇਖੇ ਖੁਸ਼ਵੰਤ ਦੇ ਗੁਆਣ ਗਿਆਨੀ ਮਾਸਟਰ ਚਾਚੇ ਦੇ ਘਰ ਇਹ ਬਕਸਾ ਆਇਆ ਚਾਚਾ ਬਕਸਾ ਲਾ ਕੇ ਸਾਹਮਣੇ ਬੂਰੀਆਂ ਵਿਛਾ ਦਿੰਦਾ ਜਿਹਦਾ ਵੀ ਜੀ ਕਰਦਾ ਉਹ ਇਹਨਾਂ ਬੂਰੀਆਂ ਤੇ ਬੈਠ ਕੇ ਬਕਸਾ ਦੇਖ ਸਕਦਾ ਹੈਰਾਨੀ ਦੀ ਗੱਲ ਇਹ ਕਿ ਥੋੜਾ ਆਉਣਾ ਆਉਣ ਤੇ ਬਹੁਤਾ ਜਾਣ ਵਾਲੀ ਬਿਜਲੀ ਵੀ ਇਹਨਾਂ ਦਿਨਾਂ 'ਚ ਬਹੁਤ ਘੱਟ ਗਈ ਪਰ ਖੇਡਾਂ ਦੇਖਣ ਦਾ ਮਜ਼ਾ ਉਦੋਂ ਅੱਧਾ ਰਹਿ ਗਿਆ ਜਦੋਂ ਉਹਨਾਂ ਦੀ ਹਾਕੀ ਟੀਮ ਪਾਕਿਸਤਾਨ ਤੋਂ ਫਾਈਨਲ ਮੈਚ ਬੁਰੀ ਤਰ੍ਹਾਂ ਹਾਰ ਗਈ पर अगले बरे दी एक और घटना ਵਾਪਰ ਗਈ ਮੁਲਕ ਦੀ ক্রিকেট ਦੀ ਟੀਮ ਨੇ ਦੁਨੀਆ ਦੀ ਸਭ ਤੋਂ ਖਤਰਨਾਕ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਜਿੱਤ ਲਿਆ ਇਹ ਤੋਂ ਪਹਿਲਾਂ ਪੀਰ ਸ਼ਾਹ ਇਨਾਇਦ ਦੀ ਮੇਰਵਾਲੇ ਪਿੰਡ ਦੇ ਲੋਕਾਂ ਨੇ ਕਦੇ ਚੱਜ ਨਾਲ ক্রিকেট ਦਾ ਨਾਮ ਵੀ ਨਹੀਂ ਸੁਣਿਆ ਤੇ ਹੁਣ ਉਹਨਾਂ ਨੇ ਟੀਮ ਦੇ ਕਪਤਾਨ ਆਪਣੀ ਧਰਤੀ ਦੇ ਮੁੰਡੇ ਨੂੰ ਗੋਰਿਆਂ ਦੀ ਧਰਤੀ ਉੱਤੇ ਸੋਨਾ ਜਿਹਾ ਕੱਪ ਹਵਾ 'ਚ ਲਹਿਰਾਉਂਦਿਆਂ ਤੇ ਚੁੰਮਦਿਆਂ ਵੇਖਿਆ ਇਹਦੇ ਅਗਲੇ ਹੀ ਦਿਨ ਪਿੰਡ ਦੇ ਮੁੰਡਿਆਂ ਨੇ ਘਰਾਂ ਦੀਆਂ ਥਾਪੀਆਂ ਤੇ ਖੇਦਵਾਂ ਨਾਲ ਲੋਕਾਂ ਦੇ ਬੂਏ ਬਾਰੀਆਂ ਭੰਨਣੀਆਂ ਸ਼ੁਰੂ ਕਰਤੀਆਂ। ਪਿੰਡ 'ਚ ਕਿਹੜਾ ਕੋਈ ਕ੍ਰਿਕਟ ਦੀ ਖੁੱਲੀ ਗਰਾਊਂਡ ਸੀ। ਮੁੰਡੇ ਭੀੜੀਆਂ ਜਾਂ ਕੁਝ ਖੁੱਲੀਆਂ ਗਲੀਆਂ 'ਚ ਹੀ ਖੇਡਦੇ ਤੇ ਲੰਘਦੇ ਵੜਦੇ ਦੇ ਮੋਰ ਸੇਕਦੇ। ਖੱਤਰੀਆਂ ਨੇ ਆਪਣੀ ਹੱਟੀ 'ਤੇ ਬੱਲੇ ਗੇਂਦਾਂ ਲਿਆ ਰੱਖੀਆਂ। ਖੁਸ਼ਵੰਤ ਤੇ ਸਤਪਾਲ ਨੇ ਵੀ ਪੈਸੇ ਇਕੱਠੇ ਕਰਕੇ ਬੱਲਾ ਗੇਂਦ ਖਰੀਦ ਲਈ। ਦਰਖਤ ਨਾਲੋਂ ਸਿੱਧੀਆਂ ਟਾਹਣੀਆਂ ਤੋੜ ਕੇ ਉਹਨਾਂ ਤਿੰਨ ਵਿਕਟਾਂ ਬਣਾ ਲਈਆਂ ਤੇ ਅਗਲੇ ਦਿਨ ਖੇਡਾਂ ਦੇ ਪੀਰੀਅਡ ਸਕੂਲ ਦੇ ਗਰਾਊਂਡ 'ਚ ਜਾ ਕੇ ਗੱਡੀਆਂ ਜਮਾਤ ਦੇ ਕਈ ਹੋਰ ਮੁੰਡੇ ਵੀ ਖੇਡਣ ਲਈ ਆ ਗਏ ਇਸ ਖੇਡ ਨੇ ਤਾਂ ਸਾਰਾ ਪਾਸਾ ਹੀ ਪਲਟ ਦਿੱਤਾ ਪਹਿਲਵਾਨਾਂ ਦਾ ਛੋਟਾ ਮੁੰਡਾ ਤਰਲੋਕੀ ਜਿਹੜਾ ਹਰ ਸਾਲ ਕੁਸ਼ਤੀ 'ਚ ਜ਼ਿਲ੍ਹਾ ਜਿੱਤਦਾ ਸੀ ਪਹਿਲੀ ਗੇਂਦ ਵੀ ਨਾ ਖੇਡ ਸਕਿਆ ਤੇ ਖੁਸ਼ਵੰਤ ਦੇ ਸਕੂਲ ਦੀ ਕਬੱਡੀ ਦੇ ਫੁੱਟਬਾਲ ਦੀ ਟੀਮ ਮਸ਼ਹੂਰ ਸੀ ਸਕੂਲ ਦੀਆਂ ਖੇਡਾਂ 'ਚ ਹਰ ਵਾਰ ਉਹੀ ਜ਼ਿਲ੍ਹੇ 'ਚ ਖੇਡਣ ਜਾਂਦੇ ਸੀ ਪਰ ਉਹ ਜੋ ਕਬੱਡੀ ਬੁੜਕ-ਬੁੜਕੇ ਪਾਉਂਦੇ ਸੀ ਕ੍ਰਿਕਟ ਵਿੱਚ ਉਹਨਾਂ ਨੂੰ ਬਾਹਂ ਘੁਮਾ ਕੇ ਗੇਂਦ ਸੁੱਟਣੀ ਨਾ ਆਉਂਦੀ ਖੁਸ਼ਵੰਤ ਤੇ ਸਤਪਾਲ ਵਰਗੇ ਜਿਨ੍ਹਾਂ ਨੂੰ ਕਬੱਡੀ ਤੇ ਫੁੱਟਬਾਲ 'ਚ ਕੋਈ ਆਪਣੀ ਟੀਮ 'ਚ ਕਢਾਉਣ ਨੂੰ ਤਿਆਰ ਨਹੀਂ ਸੀ ਕ੍ਰਿਕਟ ਦੇ ਮੋਰੀ ਖਿਡਾਰੀ ਬਣ ਬੈਠੇ ਹੁਣ ਉਹ ਹੀ ਆਪੋ ਆਪਣੀ ਟੀਮ ਦੇ ਕਪਤਾਨ ਹੁੰਦੇ ਸਕੂਲ ਦਾ ਪੀਟੀ ਗੁਰਨਾਮ ਕੁਝ ਦਿਨ ਇਹਨਾਂ ਨੂੰ ਇਹ ਅਜੀਬ ਖੇਡ ਖੇਡਦੇ ਆਂ ਦੇਖਦਾ ਰਿਹਾ ਉਹ ਪੁਰਾਣੀ ਵੇਲੇ ਆਂਦਾ ਬੰਦਾ ਸੀ ਨਿਆਣਿਆਂ ਨੂੰ ਅਲਗੋਜ਼ੇ ਵਜਾਉਣੇ ਸਿਖਾਉਣੇ ਉਹਨੂੰ ਆਉਂਦੇ ਸੀ ਡਰਮ ਵਿਅਚੰਗਾ ਵਜਾ ਲੈਂਦਾ ਸੀ ਪਰ ਕਬੱਡੀ ਫੁੱਟਬਾਲ ਤੋਂ ਬਿਨਾਂ ਉਹ ਹਾਕੀ ਦੀ ਖੇਡ ਬਾਰੇ ਹੀ ਜਾਣਕਾਰੀ ਸੀ ਚੌਥੇ ਪੰਜਵੇਂ ਦਿਨ ਉਹ ਕ੍ਰਿਕਟ ਖੇਡਦੇ ਮੁੰਡਿਆਂ ਕੋਲ ਗਰਾਊਂਡ 'ਚ ਗਿਆ ਤੇ ਪੱਗ ਦੇ ਲੜ ਹੇਟ ਉਂਗਲੀ ਵਾਰ ਸਿਰ ਤੇ ਖੁਰਕਦਿਆਂ ਬੋਲਿਆ ਓਏ ਗੱਲ ਸੁਣੋ ਵੱਡੇ ਘਟਾਰੀਓ ਆਪਣੇ ਡੰਡੇ ਦੇ ਪੁੱਟੋ ਇੱਥੋਂ ਤੇ ਦਫਾ ਹੋ ਜਾ ਅੱਜ ਤੋਂ ਬਾਅਦ ਤੁਸੀਂ ਇਹ ਥਾਪੀ ਜੇ ਨਾਲ ਕ੍ਰਿਕਟ ਖੇਡਦੇ ਨਹੀਂ ਦਿਖਣੇ ਚਾਹੀਦੇ ਮੈਨੂੰ ਨਿਆਣਿਆਂ ਵੀ ਇਸ ਨਵੀਂ ਖੇਡ ਕਰਨੋਂ ਪਰੇਸ਼ਾਨ ਹੋ ਗਿਆ ਸੀ ਉਹ ਨਿਆਣਿਆਂ ਨੂੰ ਖੇਡਾਂ ਸਿਖਾਉਣ ਦੀ ਤਨਖਾਹ ਲੈਂਦਾ ਸੀ ਪਰ ਇਹ ਖੇਡ ਨਿਆਣਿਆਂ ਆਪੇ ਸਿੱਖ ਗਏ ਸੀ ਜਦ ਕਿ ਉਹਨੂੰ ਇਹ ਸਮਝ ਨਹੀਂ ਸੀ ਆ ਰਹੀ ਨਿਆਣਿਆਂ ਨੂੰ ਉਹ ਕੁਝ ਪੁੱਛ ਨਹੀਂ ਸੀ ਸਕਦਾ ਅਖਰ ਉਹਨਾਂ ਦਾ ਮਾਸਟਰ ਸੀ ਆਪਣੀ ਅਗਿਆਨਤਾ ਕਿਵੇਂ ਦਿਖਾਉਂਦਾ ਕੁਝ ਦਿਨ ਉਹਨਾਂ ਦੀ ਖੇਡ ਬੰਦ ਰਹੀ ਪਰ ਅਖੀਰ ਇਹ ਨਵੀਂ ਖੇਡ ਕ੍ਰਿਕਟ ਗੁਰਨਾਮ ਮਾਸਟਰ ਦੇ ਡਰ ਨਾਲੋਂ ਵੱਧ ਤਕੜੀ ਸਿੱਧ ਹੋਈ ਕਦੇ ਕੋਈ ਕਦੇ ਕੋਈ ਜਮਾਤ ক্রিকেট ਖੇਡਣਾ ਸ਼ੁਰੂ ਕਰ ਦਿੰਦੀ ਤੇ ਗੁਰਨਾਮ ਮਾਸਟਰ ਕਿਸ-ਕਿਸ ਨੂੰ ਰੋਕਦਾ ਉਦੋਂ ਤੱਕ ਸਕੂਲ 'ਚ ਖੇਡਦਾ ਭੁਵਿੱਖ ਤਾਂ ਹੀ ਹੋ ਗਿਆ ਜਦੋਂ ਸ਼ਹਿਰੋਂ ਨਵੇਂ ਆਉਣ ਲੱਗੇ ਦੋ ਮੁੰਡੇ ਖੁੰਡੇ ਸਾਇੰਸ ਮਾਸਟਰਾਂ ਦੀ ਅੱਧੀ ਛੁੱਟੀ ਵੇਲੇ ਮੁੰਡਿਆਂ ਨਾਲ ਖੇਡਣਾ ਸ਼ੁਰੂ ਕਰਤਾ ক্রিকেট ਨੇ ਉਸ ਪਿੰਡ 'ਚ ਵੀ ਪੱਕੇ ਪੈਰ ਜਮਾ ਲਏ ਜਿਸ ਉੱਤੇ ਪੀਰ ਸ਼ਾਹ ਇਨਾਇਤ ਦੀ ਮਿਹਰ ਸੀ ਖੁਸ਼ਵੰਤ ਦੇ ਸਕੂਲ ਦੇ ਸਾਥੀਆਂ ਵਿੱਚੋਂ RAMI ਨੇ ਕਦੇ ਉਹਨਾਂ ਨਾਲ ਕ੍ਰਿਕਟ ਨਹੀਂ ਸਿੱਖੀ ਧੀ। ਉਹਨੂੰ ਵੀ ਇਹ ਖੇਡ ਪਸੰਦ ਨਹੀਂ ਸੀ ਆਈ। ਉਹਨ ਵੀ ਪਿਛਲੇ ਕੁਝ ਸਮੇਂ ਤੋਂ ਉਹਦੀ ਦਿਲਚਸਪੀ ਦਾ ਕੇਂਦਰ ਬਦਲ ਗਿਆ ਸੀ। ਹੋਇਆ ਇਹ ਕਿ ਇੱਕ ਦਿਨ ਉਹ ਆਪੋ ਆਪਣੇ ਸਾਈਕਲਾਂ ਉੱਤੇ ਸ਼ਹਿਰ ਆਪਣੇ ਸਕੂਲ ਦੀਆਂ ਟੀਮਾਂ ਦੇ ਮੈਚ ਵੇਖਣ ਚਲੇ ਗਏ। ਸਕੂਲ ਦੀ ਟੀਮ ਸਵੇਰੀ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਖੁਸ਼ਵੰਤ ਉਹਨਾਂ ਨੂੰ ਲੈ ਕੇ ਪੋਸਟਰ ਦੇਖਣ ਲਈ ਸਿਨੇਮੇ ਜਾ ਵੜਿਆ। 12 ਵਜੇ ਦੇ ਸ਼ੋਅ 'ਚ ਜਗਿੰਦਰ ਦੀ ਕਿਕਟਿਆ ਜੀ ਫਿਲਮ ਲੱਗੀ ਸੀ ਜਿਸਟ ਖੂਬ ਮਾਰ-ਟਾੜ ਦੇ ਦ੍ਰਿਸ਼ ਸੀ ਤੇ ਖੁਸ਼ਵੰਤ ਸਤਪਾਲ ਤੇ ਰਾਮਾਂ ਜਵੇਨ ਰੰਗ-ਬਰੰਗੇ ਪੋਸਟਰਾਂ ਦੇ ਤਲੇ ਸਮਝ ਫਸ ਗਏ। ਉਹਨਾਂ ਤੁਰੰਤ ਫਿਲਮ ਦੇਖਣ ਦਾ ਫੈਸਲਾ ਕੀਤਾ। ਸਭ ਤੋਂ ਅਗਲੀ ਪਾਲ ਦੀਆਂ ਸਭ ਤੋਂ ਸਸਤੀਆਂ ਟਿਕਟਾਂ ਲੈਣ ਦਾ ਫੈਸਲਾ ਹੋਇਆ ਤੇ ਰਾਮੇ ਦੀ ਜੇਬ ਚੋਂ ਇੰਨੇ ਪੈਸੇ ਵੀ ਨਾ ਨਿਕਲੇ। ਅਖੀਰ ਖੁਸ਼ਵੰਤ ਨਹੀਂ ਰਾਮੇ ਦੇ ਪੈਸੇ ਵੀ ਖਰਚੇ। ਫਿਲਮ ਦੇਖਦਾ ਰਾਮਾਂ ਸੀਟ ਤੇ ਬੈਠਾ ਬੁੜਕਦਾ ਰਿਹਾ। ਸਾਹਮਣੇ ਚਾਂਦੀ ਰੰਗੇ ਪਰਦੇ ਤੇ ਦਿਸਦੀ ਦੁਨੀਆਂ ਚ ਚਲੇ ਜਾਣ ਨੂੰ ਤੰਗਦਾ ਰਿਹਾ ਖੁਸ਼ਵੰਤ ਤੇ ਸਤਪਾਲ ਨੇ ਤਾਂ ਉਸ ਦਿਨ ਫਿਲਮ ਦੇਖੀ ਤੇ ਭੁੱਲ ਗਏ ਪਰ ਫਿਲਮ ਦੇ ਕਿਰਦਾਰ ਸਿਨੇਮਾ ਹਾਲ ਤੋਂ ਬਾਹਰ ਨਿਕਲ ਕੇ RAME ਦੇ ਪਿੱਛੇ ਪਿੱਛੇ ਆ ਗਏ ਉਸ ਦਿਨ ਪਿੱਛੋਂ ਉਹਨਾਂ ਕਿਰਦਾਰਾਂ ਨੇ ਉਹਨੂੰ ਬਾਰ-ਬਾਰ ਸਿਨੇਮਾ ਹਾਲ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਤਕਰੀਬਨ ਹਰ ਐਤਵਾਰ ਉਹ ਸਾਈਕਲ ਚੁੱਕਦਾ ਉਹਨਾਂ ਦੇ ਪਿੱਛੇ ਪਿੱਛੇ ਸ਼ਹਿਰ ਜਾ ਵੜਦਾ ਨਵੀਂ ਲੱਗੀ ਫਿਲਮ ਦੇਖ ਕੇ ਹੀ ਉਹਨੂੰ ਚੈਨ ਆਉਂਦਾ ਪਤਾ ਨਹੀਂ ਫਿਲਮ ਦੇਖਣ ਲਈ ਉਸ ਕੋਲ ਪੈਸੇ ਕਿੱਥੋਂ ਆਉਂਦੇ ਸੀ ਖੁਸ਼ਵੰਤ ਤੇ ਸਤਪਾਲ ਨੂੰ ਸ਼ੱਕ ਸੀ ਵੀ ਆਪਣੇ ਬਾਪੂ ਦੀ ਜੇਬ ਚੋਂ ਕੱਢਦਾ ਧਰਮਿੰਦਰ ਤੋਂ ਅੱਗੇ ਉਹਨੂੰ ਅਮਿਤਾਬ ਬਚਨ ਚੰਗਾ ਲੱਗਣ ਲੱਗਾ ਸੀ ਤੇ ਇੱਕ ਦਿਨ ਉਹਨੇ ਆਪਣੇ ਵਾਲ ਵੀ ਅਮਿਤਾਬ ਬਚਨ ਵਾਂਗ ਕਟਾ ਲਏ ਖੁਸ਼ਵੰਤ ਉਹਦੇ ਘਰ ਜਾਂਦਾ ਤਾਂ ਰਾਮੇ ਦੀ ਮਾਂ ਨੂੰ ਬਦਲ ਗਏ ਤੌਰਾਂ ਬਾਰੇ ਸ਼ਿਕਾਇਤਾਂ ਲਾਉਂਦੀ ਉਹ ਇੱਕ ਦੋ ਵਾਰ ਆਪਣੇ ਬਾਪੂ ਨੂੰ ਵੀ ਤੋਂ ਵੀ ਤੌਣੀ ਲਵਾ ਚੁੱਕਾ ਸੀ ਖੁਸ਼ਵੰਤ ਸਮਝਾਉਣ ਦੀ ਕੋਸ਼ਿਸ਼ ਕਰਦਾ ਉਹ ਅੱਗੋਂ ਆਖਦਾ ਇਹ ਤੇਰਾ ਹੀ ਕਸੂਰ ਆ ਸਾਰਾ ਨਾ ਤੂੰ ਉਦੋਂ ਸਾਨੂੰ ਫਿਲਮ ਦਿਖਾਉਂਦਾ ਨਾ ਮੈਨੂੰ ਇਹ ਪੁੱਸ ਪੈਂਦਾ ਤੇ ਕਦੇ-ਕਦੇ ਆਪਣੇ ਅਮਿਤabਵਚਨ ਸਟਾਈਲ ਵਾਲਾਂ ਵਿੱਚ ਹੱਥ ਫੇਰਦੇ ਆਖਦਾ ਮੈਨੂੰ ਤਾਂ ਉਪਰ ਹੀ ਕਸਰ ਹੋ ਗਈ ਆ ਕੋਈ ਤਵੀਦ ਖੋਲ ਕੇ ਪਿਆਦੇ ਕਿਸੇ ਨਹੀਂ ਪਿਆਤੇ ਕਿਸੇ ਨਹੀਂ ਖੁਸ਼ਵੰਤ ਖਿਜ ਕੇ ਆਖਦਾ ਜਾਂ ਪਖੰਡ ਨਾ ਕਰੀ ਜਐਵੇਂ ਤਵੀਦ ਤਬੂਤ ਨਹੀਂ ਹੁੰਦੇ ਕੁਝ ਤੇ ਖੁਸ਼ਵੰਤ ਨੇ ਤਾਜ਼ਾ-ਤਾਜ਼ਾ ਛੱਪੀ ਕਿਤਾਬ ਦੇ ਪੁਰਸ਼ਾਰਗੇ ਪੜੀ ਸੀ ਦਿਆਲੇ ਕਾਮਰਾਡ ਕਾਮਰੇਡ ਦੇ ਘਰੋਂ ਲਿਆ ਕੇ ਪਰ ਰਾਮਾ ਆਪਣੇ ਵੱਲੋਂ ਝੂਠ ਨਹੀਂ ਸੀ ਬੋਲਦਾ ਉਹਦੀ ਮਾਂ ਨੇ ਇੰਨੀ ਵਾਰ ਹੀ ਗੱਲ ਉਹਨੂੰ ਕਹੀ ਸੀ ਵੀ ਉਹਨੂੰ ਸੱਚਮੁੱਚ ਐਸੀ ਗੱਲ ਤੇ ਯਕੀਨ ਹੋ ਗਿਆ ਸੀ ਤੂੰ ਨਹੀਂ ਨਾ ਮੰਨਦਾ ਮੇਰੀ ਗੱਲ ਕੋਈ ਨਹੀਂ ਪੁੱਤ ਜਿੱਦਣ ਸਿਰ ਤੇ ਪਈ ਉਦੋਂ ਪਤਾ ਲੱਗੂ ਦੇਖੀ ਕਿਦਾਂ ਸਿਰ ਘਮਾਉਂਦਾ ਤੂੰ ਵੀ ਤੇ ਰਾਮੇ ਦਾ ਆਪਣੇ ਕਹੇ ਬੋਲਾਂ 'ਚ ਪੂਰਾ ਵਿਸ਼ਵਾਸ ਹੁੰਦਾ ਧਰਮਿੰਦਰ ਦੇ ਮੁੰਡੇ ਸਨੀ ਦਿਉਲ ਦੀ ਫਿਲਮ ਬੇਤਾਬ ਲੱਗੀ ਤਾਂ ਉਹ ਫਿਲਮ ਦਾ ਪਹਿਲਾ ਸ਼ੋਅ ਦੇਖਣ ਵੱਡੇ ਸ਼ਹਿਰ ਚਲਾ ਗਿਆ ਆ ਕੇ ਉਹਨਾਂ ਨੂੰ ਨਵੀਂ ਹੀਰੋਇਨ ਦੇ ਸਹੱਪਣ ਦੀਆਂ ਗੱਲਾਂ ਸੁਣਾਉਂਦਾ ਰਿਹਾ ਅਗਲੇ ਹਫ਼ਤੇ ਐਤਵਾਰ ਫੇਰ ਉਹੀ ਫਿਲਮ ਦੇਖਣ ਦੌੜ ਗਿਆ ਕਈ ਹਫ਼ਤੇ ਇਹੀ ਸਿਲਸਲਾ ਚੱਲਿਆ ਆਖਰਕਾਰ ਇੱਕ ਦਿਨ ਉਹਦੀ ਮਾਂ ਨੇ ਉਹਦੀ ਸ਼ਿਕਾਇਤ ਪੀਟੀ ਮਾਸਟਰ ਗੁਰਨਾਮ ਸਿੰਘ ਨੂੰ ਆ ਲਾਈ ਗੁਰਨਾਮ ਸਿੰਘ ਨੇ ਕਿੰਨੀ ਦੇਰ RAM ਰਮੇ ਦਾ ਗੁੱਟ ਫੜੀ ਰੱਖਿਆ ਖੁਸ਼ਵੰਤ ਨੂੰ ਜਾਪਿਆ ਉਹਦੀ ਨਬਜ਼ ਟੋਣ ਦੀ ਕੋਸ਼ਿਸ਼ ਕਰ ਰਿਹਾ ਨਬਜ਼ ਤੋਂ ਹੀ ਉਹਦੇ ਮਰਜ਼ ਬਾਰੇ ਪਤਾ ਲਗਾਏਗਾ RAMਾ ਵੀ ਪਿੱਠ ਤੇ ਵੱਜਣ ਵਾਲੇ ਖਸੌਣ ਜਾਂ ਮੂੰਹ ਤੇ ਪੈਣ ਵਾਲੀ ਚਪੇੜ ਉਡੀਕਦਾ ਰਿਹਾ ਤੇ ਗੁਰਨਾਮ ਮਾਸਟਰ ਕੋਲ ਹਰ ਮਰਜ਼ ਦਾ ਇਹੀ ਇਲਾਜ ਸੀ ਪਰ ਉਸ ਦਿਨ ਨਾ ਕੋਸਣ ਵੱਜਾ ਨਾ ਥੱਪੜ ਸਕੂਲ ਦੇ ਵਿਦਿਆਰਥੀਆਂ ਲਈ ਇਹ ਚਮਤਕਾਰ ਤੋਂ ਘੱਟ ਨਹੀਂ ਸੀ ਕੁਝ ਦੇਰ RAMੇ ਦਾ ਹੱਥ ਘੁੱਟ ਕੇ ਫੜੀ ਰੱਖਣ ਪਿੱਛੋਂ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਆਇਆ ਉਹਨੇ ਬਸ ਇਨਾ ਆਖਦਿਆਂ ਹੱਥ ਛੱਡ ਦਿੱਤਾ ਬੰਦਾ ਬਣ ਬੰਦਾ ਇਹਨਾਂ ਤਿੰਨ ਸ਼ਬਦਾਂ 'ਚ ਸਖਤਾਈ ਉਨੀ ਸੀ ਜਿੰਨੀ ਉਹਦੇ ਬੋਲਾਂ 'ਚ ਹੁੰਦੀ ਸੀ ਗੁੱਟ ਛੱਡਦਿਆਂ ਰਾਮ ਨੇ ਉਥੋਂ ਦੁੜ ਕੇ ਲਾ ਲਈ ਜਿਵੇਂ ਉਹਨੂੰ ਸੱਚਮੁੱਚ ਬੰਦਾ ਬਣਨ ਦੀ ਕਾਹਲ ਹੋਵੇ ਉਹਦਾ ਘਰੋਂ ਦੌੜ ਕੇ ਸ਼ਹਿਰ ਫਿਲਮ ਦੇਖਣ ਜਾਣਾ ਜਾਰੀ ਰਿਹਾ ਉਹਦੇ ਆਪਣੇ ਦੱਸਣ ਅਨੁਸਾਰ ਉਹ ਨਵੀਂ ਲੱਗਣ ਵਾਲੀ ਫਿਲਮ ਦੀਆਂ ਟਿਕਟਾਂ ਖਰੀਦ ਕੇ ਬਲੈਕ ਜੀ ਵੀ ਵੇਚ ਦਿੰਦਾ ਸੀ ਇਸ ਤਰ੍ਹਾਂ ਉਹਦੇ ਕੋਲ ਅਗਲੀ ਫਿਲਮ ਦੇਖਣ ਲਈ ਪੈਸੇ ਆ ਜਾਂਦੇ ਹੁਣ ਤਾਂ ਸਗੋਂ ਉਹਦੇ ਮਨ 'ਚ ਦੌੜ ਕੇ ਬੰਬੇ ਜਾਣ ਦੀ ਇੱਛਾ ਵੀ ਪੈਦਾ ਹੋਣ ਲੱਗ ਗਈ ਤੇ ਆਖਰ ਤਰ ਮਿੰਦਰ ਵਰਗੇ ਹੀਰ ਹੀਰੋ ਘਰੋਂ ਦੌੜ ਕੇ ਹੀ ਸtare ਬਣੇ ਸੀ ਤੇ ਰਾਮੇ ਦੀ ਬੰਬਈ ਜਾਣ ਦੀ ਯੋਜਨਾ ਕਦੇ ਸਿਰੇ ਨਾ ਚੜ੍ਹ ਸਕੇ ਹਾਂ ਘਰੋਂ ਦੌੜਨ ਦਾ ਸ਼ੌਕ ਉਹਨੇ ਜ਼ਰੂਰ ਪੂਰਾ ਕਰ ਲਿਆ ਹੋਇਆ ਇਹ ਕਿ ਇੱਕ ਦਿਨ ਫੇਰ ਉਹਦਾ ਬਾਪੂ ਉਸ ਨਾਲ ਔਖਾ ਭਾਰਾ ਹੋਇਆ ਉਸਨ ਬਾਪੂ ਸ਼ਹਿਰੋਂ ਘੁੱਟ ਲਾ ਕੇ ਆਇਆ ਸੀ ਉਹ ਘੁੱਟ ਪਹਿਲਾਂ RAME ਦੀ ਮਾਂ ਉੱਤੇ ਖੜੀ ਫਿਰ ਉਹਦੇ ਛੋਟੇ ਭੈਣ ਭਰਾਵਾਂ ਉੱਤੇ ਤੇ ਫਿਰ ਉਹਦੇ ਵੱਲ ਮੁੜ ਪਈ ਤੇ ਬਾਪੂ ਦਾ ਉੱਠਿਆ ਹੱਥ ਉਹਨੇ ਜਰਨਲ ਫੜ ਲਿਆ ਤੇ ਫਿਰ ਉਹਨੂੰ ਝਟਕਦਿਆਂ ਘਰੋਂ ਨਿਕਲ ਗਿਆ ਕਈ ਦਿਨ ਸਾਰੇ ਇਹੀ ਸੋਚਦੇ ਰਹੇ ਵੀ RAMA ਬੰਬਈ ਦੌੜ ਗਿਆ ਤੇ ਫਿਰ ਇੱਕ ਦਿਨ ਉਹਨਾਂ ਦੇ ਘਰ ਬਿਹਾਰ ਚ ਰਹਿੰਦੇ RAME ਦੀ ਭੂਆ ਦੇ ਮੁੰਡੇ ਦਾ ਖੱਤਾ ਆ ਉਹਨੇ ਲਿਖਿਆ ਸੀ ਕਿ RAMA ਸਕੂਲ ਸਹੀ ਸਲਾਮਤ ਪੁੱਜ ਗਿਆ ਸਭ ਨੇ ਸੁੱਖ ਦਾ ਸਾਹ ਲਿਆ ਉਹਦੀ ਮਾਂ ਨੇ ਖਦ ਖੁਸ਼ਵੰਤ ਤੇ ਸਤਪਾਲ ਨੂੰ ਪੜਨ ਲਈ ਦਿੱਤਾ। ਉਦੋਂ ਉਹਨਾਂ ਦੇ 10ਵੀਂ ਦੇ ਇਮਤਿਹਾਨਾਂ 'ਚ ਕੁਝ ਹਫ਼ਤੇ ਹੀ ਰਹਿੰਦੇ ਸੀ। ਨੀਲਾ ਤਾਰਾ ਚੜ੍ਹ ਧੁੱਕਾ ਸੀ। ਮੁਲਕ ਦੀ ਰਾਜਨੀਤੀ 'ਚ ਕਿੰਨੇ ਪੱਗਾਂ ਵਾਲਿਆਂ ਦਾ ਕਤਲੇਆਮ ਕੀਤਾ ਜਾ ਚੁੱਕਾ ਸੀ। ਇਸੇ ਲਈ ਆਲਾ ਦੁਆਲੇ ਖੌਫ ਸੀ। ਸਕੂਲ ਵਿੱਚ ਤੇ ਪਿੰਡ ਦੀਆਂ ਸੱਥਾਂ 'ਚ ਕੁਝ ਸੰਤਾਂ ਦਾ ਜ਼ਿਕਰ ਸੀ। ਕੋਈ ਸੰਤਾਂ ਦੇ ਹੱਕ 'ਚ ਬੋਲਦਾ ਕੋਈ ਵਿਰੋਧ ਵਿੱਚ ਕੋਈ ਆਖਦਾ ਕਿ ਸੰਤ ਸ਼ਹੀਦ ਹੋ ਗਏ ਪਰ ਕੋਈ ਹੋਰ ਇਹ ਗੱਲ ਮੰਨਣ ਨੂੰ ਤਿਆਰ ਨਾ ਹੁੰਦਾ। ਉਹਨੂੰ ਖਬਰ ਹੁੰਦੀ ਕਿ ਸੰਤ ਸਹੀ ਸਲਾਮਤ ਪਾਕਿਸਤਾਨ ਪਹੁੰਚ ਚੁੱਕੇ। ਇੱਕ ਗੱਲ ਸੀ ਕਿ ਅਜੇ ਸਾਰੇ ਬੋਲਦੇ ਸਨ। ਉਹਨਾਂ ਨੇ ਅਜੇ ਚੁੱਪ ਰਹਿਣਾ ਨਹੀਂ ਸੀ ਸਿੱਖਿਆ। ਸਕੂਲ 'ਚ ਖੁਸ਼ਵੰਤ ਗੁਰਨਾਮ ਮਾਸਟਰ ਦੇ ਸ਼ਹਿਰੋਂ ਆਉਂਦੇ ਸਾਇੰਸ ਮਾਸਟਰਾਂ ਨੂੰ ਬਹਿਸ ਤੇ ਸੁਣਦਾ। ਸੱਤ ਵਿੱਚ ਤੇ ਮੋੜਾਂ ਤੇ ਦਿਲਾ ਉੱਚੀ-ਉੱਚੀ ਬੋਲਦਾ। ਇੱਥੋਂ ਤੱਕ ਕਿ ਉਹਨਾਂ ਦੀ ਜਮਾਤ ਵਿੱਚ ਵੀ ਮੁੰਡੇ ਆਪਸ ਵਿੱਚ ਖੇਬੜਦੇ। ਸਾਰਿਆਂ ਕੋਲ ਆਪੋ ਆਪਣੀਆਂ ਕੱਚੀਆਂ ਪਿੱਲੀਆਂ ਦਲੀਲਾਂ ਹੁੰਦੀਆਂ। ਉਹਨਾਂ ਦੀ ਕੱਚੀ ਪਿੱਲੀ ਸਮਝ ਵਰਗੀਆਂ ਨੀਲਾ ਤਾਰਾ ਦੌਰਾਨ ਹੋਰ ਅਫਵਾਹਾਂ ਦੇ ਨਾਲ ਸੰਤਾ ਤੇ ਖਾਸ ਤੌਰ ਤੇ ਕਰਤਾਰੀ ਪਾਲੇ ਤੇ ਪਿੰਕੀ ਬਾਰੇ ਵੀ ਹਵਾਇਆਂ ਪਿੰਡ ਚ ਫੈਲੀਆਂ ਖੁਸ਼ਵੰਤ ਤੇ ਸਤਪਾਲ ਨੂੰ ਇਹਨਾਂ ਨਾਲੋਂ ਵੱਧ ਰਾਮੇ ਦੀ ਚਿੰਤਾ ਹੁੰਦੀ ਉਹ ਨੀਲੇ ਤਾਰੇ ਤੋਂ ਕੁਝ ਦਿਨ ਪਹਿਲਾਂ ਹੀ ਘਰੋਂ ਦੌੜਿਆ ਸੀ ਜੇ ਉਹ ਨਾ ਮੁੜਿਆ ਤਾਂ ਉਹਦਾ ਸਾਲ ਖਰਾਬ ਹੋ ਜਾਣਾ ਸੀ ਇਹ ਸਾਲ ਸੀ ਵੀ ਕੀਮਤੀ ਦਸਵੀਂ ਜਮਾਤ ਵਾਲਾ ਕਿੰਨੇ ਮੁੰਡਿਆਂ ਕੁੜੀਆਂ ਲਈ ਪਾਖੜੇ ਦਾ ਬੰਨ ਸਿੱਧ ਹੁੰਦਾ ਸੀ ਉਹਨਾਂ ਦੇ ਸਾਰੇ ਵਹਿੰਦੇ ਪਾਣੀ ਬੰਨ ਰੋਕ ਲੈਂਦਾ ਦਸਵੀਂ ਫੇਲ ਕੁੜੀ ਕੋਲੋਂ ਡਿੱਕਣ ਲਈ ਸਿਰਫ ਲਾਵਾ ਬਚਦੀਆਂ ਜਦ ਕਿ ਮੁੰਡੇ ساری ਉਮਰ ਹੱਡ ਰੋਲਣ ਜੋਗੇ ਰਹਿ ਜਾਂਦੇ ਦਸਵੀਂ ਪਾਸ ਹੁੰਦੀ ਤਾਂਗਾ ਉ ਤਾਂ ਉਡਣ ਲਈ ਕੋਈ ਸੁਪਨਾ ਕੋਲ ਆ ਜਾਂਦਾ RAME ਦਾ ਬਾਪੂ ਆਪਣੀ ਚੜ੍ਹਦੀ ਉਮਰ ਦੇ ਇਲਾਕੇ ਦੇ ਐਮਐਲਏ ਦੀ ਮਿਹਰਬਾਨੀ ਨਾਲ ਅਰਧ ਸਰਕਾਰੀ ਨੌਕਰੀ ਤੇ ਜਾ ਲੱਗਾ ਸੀ ਇਲਾਕੇ ਦੇ ਇਸ ਲੀਡਰ ਨੇ ਅੰਗਰੇਜ਼ਾਂ ਦੀ ਜੇਲ੍ਹ ਕੱਟੀ ਹੋਈ ਸੀ ਇਸ ਲਈ ਅਜੀ ਉਹਨਾਂ ਲੀਡਰਾਂ ਵਰਗਾ ਨਹੀਂ ਸੀ ਜਿਨ੍ਹਾਂ ਨੇ ਕੁਝ ਬਰਿਆਂ ਵੱਦ ਲੋਕਾਂ ਦੀਆਂ ਜੇਬਾਂ ਕੱਟਣੀਆਂ ਸ਼ੁਰੂ ਕਰਨੀਆਂ ਸੀ। ਉਹਦੀਆਂ ਪਾਸ ਕੀਤੀਆਂ ਪੰਜ ਜਮਾਤਾਂ ਚਪੜਾਸੀ ਲੱਗਣ ਦੇ ਕੰਮ ਆ ਗਈਆਂ। ਹੁਣ ਰਾਮਾ ਇਹ ਤੋਂ ਅੱਗੇ ਉੱਡ ਸਕਦਾ ਸੀ। ਪੜਨ ਨੂੰ ਉਹ ਚੰਗਾ ਸੀ। ਸ਼ਾਇਦ ਇਸੇ ਲਈ ਉਸ ਦਿਨ ਚਮਤਕਾਰ ਹੋ ਹੋ ਸਕੇ ਆ ਸੀ ਤੇ ਉਹ ਗੁਰਨਾਮ ਮਾਸਟਰ ਦੇ ਕੁਸੁੰਨ ਜਾਂ ਚਪੇੜ ਤੋਂ ਬਚ ਗਿਆ ਸੀ। ਇੱਕ ਹੋਰ ਚਮਤਕਾਰ ਹੋਇਆ। ਇਮਤਿਹਾਨ ਤੋਂ ਕੁਝ ਦਿਨ ਪਹਿਲਾਂ ਰਾਮਾ ਪ੍ਰਗਟ ਹੋ ਗਿਆ। ਬਿਹਾਰ ਵਾਲਾ ਰਿਸ਼ਤੇਦਾਰ ਨੂੰ ਛੱਡਣਾ ਪਾਇਆ ਅਗਲੇ ਦਿਨ RAME ਦਾ ਬਾਪੂ RAME ਨੂੰ ਲੈ ਕੇ ਸਕੂਲ ਪਹੁੰਚ ਗਿਆ ਪਤਾ ਨਹੀਂ ਉਹਦਾ ਨਾਂ ਕਟਿਆ ਗਿਆ ਸੀ ਜਾਂ ਨਹੀਂ ਪਰ ਬਾਪੂ ਦੇ ਜੁੜੇ ਹੱਥਾਂ ਨੇ RAMU ਨੂੰ ਇਮਤਿਹਾਨ 'ਚ ਬੈਠਣ ਜੋਗਾ ਕਰ ਦਿੱਤਾ ਸਕੂਲ ਦਾ ਹੈਡਮਾਸਟਰ ਬਾਪੂ ਤੇ RAME ਦੇ ਵਰਨ ਵਾਲਾ ਨਹੀਂ ਸੀ ਫਿਰ ਵੀ ਉਹਨੇ ਹਮਦਰਦੀ ਵਿਖਾਈ ਕਿਸੇ ਮਾਸਟਰ ਭੈਣ ਜੀ ਨੂੰ ਉਜਰ ਨਹੀਂ ਸੀ ਕਿਉਂਕਿ ਸਭ ਨੂੰ ਪਤਾ ਸੀ RAME ਨੇ ਪਾਸ ਹੋਈ ਜਾਣਾ RAMA ਪਹਿਲਾਂ ਨਾਲ ਉਠ ਹੈ ਰਾਜ ਜਾਪਦਾ ਸੀ ਖੁਸ਼ਵੰਤ ਤੇ ਸਤਪਾਲ ਵੱਲ ਵੇਖ ਕੇ ਮੁਸਕਰਾਇਆ ਪਰ ਕੋਈ ਕਹਾਣੀ ਨਾ ਸੁਣਾਈ ਹੌਲੀ ਜੀ ਖੁਸ਼ਵੰਤ ਦੇ ਕੰਨਾਂ ਕੋਲ ਬੋਲਿਆ ਯਾਰ ਕਾਪੀਆਂ ਦੇਦੀ ਮੈਨੂੰ ਤੇ ਤੈਨੂੰ ਆਪਣੀ ਪਾਣੀਆਂ ਸਮੇਤ ਭਾਖੜਾ ਬੰਨ ਤੋਂ ਪਾਰ ਹੋ ਗਏ ਰਾਮਾ ਪੇਪਰਾਂ ਤੋਂ ਬਾਅਦ ਫਿਰ ਬਿਹਾਰ ਦੌੜ ਗਿਆ ਕਹਿੰਦਾ ਮੈਂ ਆਪਣੀ ਪੜ੍ਹਾਈ ਉੱਥੇ ਹੀ ਕਰਾਂਗਾ ਸੱਚੀ ਇਸ ਤੋਂ ਬਾਅਦ ਉਹਨੇ ਵਿਆਹ ਸਮੇਤ ਜੋ ਵੀ ਕੀਤਾ ਉੱਥੇ ਕੀਤਾ ਸਤਪਾਲ ਨੇ ਇੱਕ ਵਾਰ ਖੁਸ਼ਵੰਤ ਨੂੰ ਦੱਸਿਆ ਸੀ ਕਿ ਹੁਣ ਉਹਦਾ ਟਾਟਾ ਨਗਰ 'ਚ ਲੋਟਰੀ ਦੀਆਂ ਟਿਕਟਾਂ ਵੇਚਣ ਦਾ ਕੰਮ ਹੈ ਪੇਪਰਾਂ ਤੋਂ ਬਾਅਦ ਦੀਆਂ ਛੁੱਟੀਆਂ 'ਚ ਰਾਮੇ ਦੀ ਗੈਰ ਹਾਜ਼ਰੀ 'ਚ ਨਿੱਕਾ ਉਹਨਾਂ ਦਾ ਨਵਾਂ ਯਾਰ ਬਣਿਆ। ਉਹਨਾਂ ਨਾਲ ਪੜਦਾ ਨਿੱਕਾ ਪਿਆਰੀ ਹਲਵਾਈ ਦਾ ਸਭ ਤੋਂ ਵੱਡਾ ਮੁੰਡਾ ਸੀ। ਆਪਣੀ ਉਮਰ ਨਾਲੋਂ ਛੋਟੇ ਕੱਦ ਕਰਕੇ ਘਰਦਿਆ ਨਹੀਂ ਉਹਦਾ ਨਾਂ ਨਿੱਕਾ ਪਾਤਾ ਸੀ। ਜਮਾਤ 'ਚ ਉਹਨਾਂ ਦਾ ਆਪਸ 'ਚ ਬਹੁਤਾ ਵਾਂ ਨਹੀਂ ਸੀ ਪਰ ਛੁੱਟੀਆਂ ਦੀ ਵੇਲ 'ਚ ਉਹ ਉਹਦੇ ਕੋਲ ਦੁਕਾਨ ਉੱਤੇ ਜਾ ਬੰਦੇ ਖਾਸ ਕਰ ਜਦੋਂ ਪਿਆਰਾ ਹਲਵਾਈ ਦੁਕਾਨ ਉੱਤੇ ਨਾ ਹੁੰਦਾ ਇਸ ਲਮੋਤਰੀ ਦੁਕਾਨ ਦੇ ਦੋ ਹਿੱਸੇ ਸੀ ਸੜਕ ਵੱਲ ਦੁਕਾਨ ਤੋਂ ਬਾਹਰ ਕੱਢ ਕੇ ਮਠਿਆਈਆਂ ਮਟਰ ਤੇ ਪਕੌੜੇ ਸਜਾਈ ਹੁੰਦੇ ਹੁੰਜ ਮਠਿਆਈਆਂ ਦੇ ਨਾਂ ਉੱਤੇ ਬਰਫੀ ਉੱਤੇ ਵੇਚਣ ਹੀ ਹੁੰਦੇ ਸਨ ਖੁਸ਼ਵੰਤ ਅਜੇ ਵੀ ਦੁਕਾਨ 'ਚ ਵੜਦੇ ਆ ਲਲਚਾਈਆਂ ਨਜ਼ਰਾਂ ਨਾਲ ਬਰਫੀ ਵੱਲ ਤੱਕਦਾ ਪਰ ਨਿੱਕੇ ਨੇ ਕਦੇ ਮੁਫਤ ਵਿੱਚ ਉਹਨਾਂ ਨੂੰ ਬਰਫੀ ਦੀ ਸੋਲਾ ਨਹੀਂ ਸੀ ਮਾਰੀ ਉਹ ਦੁਕਾਨ ਦੇ ਉਸ ਪਿਛਲੇ ਕਮਰੇ 'ਚ ਜਾ ਬੈਠਦੇ ਜੋ ਪਿੱਛੇ ਖੇਤਾਂ ਵੱਲ ਖੁੱਲਦਾ ਸੀ। ਉਦੋਂ ਅਜੇ ਇਸ ਧਰਤੀ ਉੱਤੇ ਬੰਦਿਆਂ ਨਾਲ ਚਿੜੀਆਂ ਵੀ ਵਸਦੀਆਂ ਸਨ। ਉਹ ਇਸ ਕਮਰੇ 'ਚ ਬੈਠੇ ਚਿੜੀਆਂ ਦੀਆਂ ਖੇਡਾਂ ਤੱਕਦੇ ਤੇ ਆਪੋਚ ਕੁੜੀਆਂ ਦੀਆਂ ਗੱਲਾਂ ਕਰਦੇ। ਬਾਹਰ ਪਿਆਰੀ ਹਲਵਾਈ ਦੇ ਆਉਣ ਦੀ ਵਿੜਕ ਨਾਲ ਹੀ ਉੱਥੇ ਬਾਹਰ ਖੇਤਾਂ ਵੱਲ ਪੱਤਰਾ ਵਜ ਜਾਂਦੇ। ਲਾਲੀ ਬਾਰੇ ਗੱਲ ਵੀ ਸਭ ਤੋਂ ਪਹਿਲਾਂ ਚਿੜੀਆਂ ਦੀ ਹਾਜ਼ਰੀ ਤੇ ਪਿਆਰੀ ਹਲਵਾਈ ਦੀ ਗੈਰ ਹਾਜ਼ਰੀ 'ਚ ਛਿੜੀ ਸੀ। 10ਵੀਂ ਦੇ ਨਤੀਜੇ ਤੋਂ ਬਾਅਦ ਖੁਸ਼ਵੰਤ ਤੇ ਸਤਪਾਲ ਸ਼ੇਰ ਦੇ ਸਰਕਾਰੀ ਕਾਲਜ ਚ ਜਾ ਲੱਗੇ ਸਭ ਤੋਂ ਬੁਰੀ ਨਿੱਕੇ ਨਾਲ ਹੋਈ ਉਹਦੇ ਹਲਵਾਈ ਬਾਪੂ ਨੇ ਉਹਨੂੰ ਅੱਗੇ ਪੜਾਉਣ ਤੋਂ ਨਾ ਕਰ ਦਿੱਤੀ ਉਹਦੀ 10ਵੀਂ ਪਾਸ ਵੀ ਉਹਦੇ ਕਿਸੇ ਕੰਮ ਨਾ ਆ ਸਕੇ ਨਿੱਕੇ ਦਾ ਬਾਪੂ ਪਿਆਰਾ ਹਲਵਾਈ ਆਪਣੇ ਟੱਬਰ ਦਾ ਅਸਲ ਅਰਥਾਂ ਵਿੱਚ ਮੁਖੀਆ ਸੀ ਕਿਸੇ ਦੀ ਮਜਾਲ ਨਹੀਂ ਸੀ ਉਹਦੇ ਅੱਗੇ ਕੁਛ ਕਰ ਸਕਦਾ ਓਏ ਇਹ ਜੱਟਾ ਕਾਰੀਗਰਾਂ ਨੇ ਤਾਂ ਆਪਣੀ ਔਲਾਦ ਵਿਗਾੜੀ ਹੁੰਦੀ ਆ ਐਵੇਂ ਪੁੱਛ-ਪੁੱਛ ਕਰਦੇ ਰਹਿੰਦੇ ਆ ਸਾਡੇ ਖੱਤਰੀਆਂ ਦੇ ਮੁੰਡੇ ਰਹਿੰਦੇ ਆ ਤੱਕਲੇ ਅੰਗ ਸਿੱਧੇ ਉਹ ਆਪਣੀਆਂ ਮਹਿੰਗੀ ਮਹਿੰਦੀ ਲੱਗੀਆਂ ਮੁੱਛਾਂ ਨੂੰ ਤਾ ਦਿੰਦੇ ਆਂ ਦੁਕਾਨ ਤੇ ਚਾਹ ਪੀਣ ਆਏ ਜਾਣੂ ਗਾਹਕ ਦੀ ਕਿਸੇ ਗੱਲ ਉੱਤੇ ਆਖਦਾ ਸੱਚਮੁੱਚ ਉਹਨੇ ਆਪਣੇ ਜਵਾਕਾਂ ਨੂੰ ਹਮੇਸ਼ਾ ਤੱਕਲੇ ਵਾਂਗ ਸਿੱਧੇ ਰੱਖਿਆ ਸੀ ਨਾਜਾਇਜ਼ ਤਾਂ ਕੀ ਉਹਨੇ ਕਦੇ ਉਹਨਾਂ ਦੀ ਜਾਇਜ਼ ਮੰਗ ਵੀ ਪੂਰੀ ਨਹੀਂ ਸੀ ਕੀਤੀ ਉਸ ਕੋਲੋਂ ਮੰਗ ਕੇ ਕੁਝ ਨਹੀਂ ਸੀ ਲਿਆ ਜਾ ਸਕਦਾ ਸਿਰਫ ਉਹਦੀ ਮਿਹਰਬਾਨੀ ਹੋਣ ਦਾ ਇੰਤਜ਼ਾਰ ਹੀ ਕੀਤਾ ਜਾ ਸਕਦਾ ਸੀ ਪਿਓ ਦੀ ਛੇਤੀ ਮਾਰਗ ਪਿੱਛੋਂ ਉਹਦੇ ਦੋ ਛੋਟੇ ਭਰਾ ਵੀ ਉਹਦੀ ਦੇਖ ਰੇਖੇਟ ਭਲੇ ਸੀ ਦੋਹਾਂ ਨੂੰ ਹਲਵਾਈ ਦਾ ਕੰਮ ਨਹੀਂ ਸਿਖਾਇਆ ਫਿਰ ਦੋਹਾਂ ਦੇ ਆਪਣੀ ਮਰਜ਼ੀ ਨਾਲ ਵਿਆਹ ਕੀਤੇ ਵਿਆਹ ਤੋਂ ਪਹਿਲਾਂ ਕਿਸੇ ਨੂੰ ਆਪਣੀ ਹੋਣ ਵਾਲੀ ਬੋਟੀ ਦਾ ਮੂੰਹ ਵੀ ਦੇਖਣ ਦੀ ਆਗਿਆ ਨਾ ਦਿੱਤੀ ਸਭ ਤੋਂ ਛੋਟੇ ਮੱਦੀ ਦੀ ਬੋਟੀ ਕੁਝ ਤੇਜ ਸੀ ਉਹਦੇ ਅਸਰ ਹੇਠ ਦੁਬਈ ਜਾਣ ਦੀ ਜ਼ਿੱਦ ਕਰ ਬੈਠਾ ਪਿਆਰੇ ਨੇ ਸਿਰਫ ਇੱਕ ਵਾਰ ਨਾਂ ਕੀਤੀ ਮੱਦੀ ਨਾ ਮੰਨਿਆ ਤੇ ਉਹਨੂੰ ਲੈ ਕੇ ਸ਼ਹਿਰ ਏਜੰਟ ਦੇ ਦਫਤਰ ਜਾ ਵੜਿਆ ਏਜੰਟ ਨੂੰ ਪੈਸੇ ਫੜਾਏ ਗੱਲ ਪੱਕੀ ਕਰ ਲਈ ਮੱਦੀ ਦੁਬਈ ਚਲਾ ਗਿਆ 6 ਮਹੀਨੇ ਬਾਅਦ ਹੀ ਮੁੜ ਆਇਆ ਉਹਨੂੰ ਉੱਥੋਂ ਦੀ ਹਵਾ ਮਾਫਕ ਨਹੀਂ ਸੀ ਆਈ ਜਾਂ ਸ਼ਾਇਦ ਗੋਲਮਟੋਲ ਘਰ ਵਾਲੀ ਦੀ ਯਾਦ ਨੇ ਦਿਲ ਨਹੀਂ ਸੀ ਲੱਗਣ ਦਿੱਤਾ ਪਿਆਰੇ ਨੇ ਨਾ ਉਹਨੂੰ ਘਰ ਚ ਵੜਨ ਦਿੱਤਾ ਨਾ ਦੁਕਾਨ 'ਚ ਅਗਲੇ ਹੀ ਦਿਨ ਉਹਦਾ ਪਾਂਡਾ ਟਿੰਡਾ ਵੱਖ ਕਰ ਦਿੱਤਾ ਔਨੇ ਬੜੇ ਮੁਸ਼ਕਲ ਨਾਲ ਸਹੁਰਿਆਂ ਦੀ ਮਦਦ ਲੈ ਕੇ ਗਵਾਂਢੀ ਪਿੰਡ ਦੇ ਅੱਡੇ ਉੱਤੇ ਆਪਣੀ ਨਵੀਂ ਦੁਕਾਨ ਪਾਈ ਤੇ ਪਿਆਰਾ ਅੱਜ ਵੀ ਮੱਦੀ ਨਾਲ ਕਲਾਮ ਨਹੀਂ ਕਰਦਾ ਨਿੱਕਾ ਆਪਣੇ ਪਿਓ ਨੂੰ ਜਾਣਦਾ ਸੀ ਇਸੇ ਲਈ ਉਹਨੇ ਜ਼ਿੱਦ ਦਾ ਰਾ ਨਾ ਫੜਿਆ ਤੇ ਚੁੱਪਚਾਪ ਬਾਪੂ ਵੱਲੋਂ ਉਸ ਲਈ ਨਵੀਂ ਕਿਰਾਏ ਤੇ ਲਈ ਦੁਕਾਨ ਉੱਤੇ ਬੈਠ ਗਿਆ। ਉਹਨਾਂ ਦੇ ਪਿੰਡ ਦਾ ਅੱਡਾ ਪਹਿਲਾਂ ਨਾਲੋਂ ਵੱਡਾ ਹੋ ਰਿਹਾ ਸੀ। ਹੁਣ ਪਹਿਲਾਂ ਨਾਲੋਂ ਵੱਧ ਲੋਕ ਸ਼ਹਿਰ ਜਾਂਦੇ ਇਹ ਪਿੰਡ ਸ਼ਹਿਰੋਂ ਆਉਣ ਵਾਲੀ ਬੱਸ ਦਾ ਆਖਰੀ ਅੱਡਾ ਸੀ। ਬੱਸਾਂ ਦੇ ਗਿਣਵੇਂ ਟਾਈਮ ਸਵੇਰੇ ਨੱਕੋ ਨੱਕ ਭਰੇ ਜਾਂਦੇ ਸ਼ਾਮ ਨੂੰ ਉਸੇ ਤਰ੍ਹਾਂ ਭਰੇ ਆਉਂਦੇ। ਅਕਸਰ ਲੋਕ ਬਾਰੀਆਂ ਨਾਲ ਨਾਲ ਲਟਕ ਕੇ ਹੁੰਦੇ ਜਾਂ ਛੱਤਾਂ ਤੇ ਚੜ੍ਹੇ ਹੁੰਦੇ ਜੇਕਰ ਕਿਸੇ ਦੀ ਪੱਗ ਕਿਸੇ ਰੁੱਖ ਦੀ ਟਾਣੀ 'ਚ ਫਸ ਕੇ ਉਤਰ ਜਾਂਦੀ ਤਾਂ ਨੰਗੇ ਸਿਰ ਹੀ ਹੱਥ 'ਚ ਪੱਗ ਪੜੀ ਪਿੰਡ ਦੇ ਅੱਡੇ ਉੱਤੇ ਉਤਰਦਾ ਕੰਡੈਕਟਰਾਂ ਨੂੰ ਸਵਾਰੀਆਂ ਲਈ ਆਵਾਜ਼ਾਂ ਨਹੀਂ ਸੀ ਮਾਰਨੀਆਂ ਪੈਂਦੀਆਂ ਪੀਰ ਸ਼ਾਹ ਇਨਾਇਤ ਦੀ ਮੇਰ ਵਾਲੇ ਪਿੰਡ ਵਿੱਚੋਂ ਹੁਣ ਕਿੰਨੇ ਹੀ ਮੁੰਡੇ ਕੁੜੀਆਂ ਸ਼ਹਿਰ ਪੜਨ ਜਾਣ ਲੱਗੇ ਸੀ ਇਸ ਨਵੀਂ نسل ਲਈ ਪਹਿਲਾ ਪਹਿਲੀ ਵਾਰ ਇੱਕ ਨਵੀਂ ਦੁਨੀਆ ਦੇ ਬੂਹੇ ਖੁੱਲ ਰਹੇ ਸਨ ਸਵਾ 8 ਵਾਲੀ ਬੱਸ ਉਹਨਾਂ ਦੇ ਅੱਡੇ ਤੋਂ ਹੀ ਭਰ ਜਾਂਦੀ ਬਾਕੀ ਪਿੰਡਾਂ ਤੋਂ ਚੜਨ ਵਾਲੇ ਪੜਾਕੂਆਂ ਤੇ ਹੋਰ ਸਵਾਰੀਆਂ ਨੂੰ ਖੜੇ ਹੋ ਕੇ ਸਫ਼ਰ ਕਰਨਾ ਪੈਂਦਾ। ਪੜਾਕੂ ਮੁੰਡੇ ਕੁੜੀਆਂ ਦਾ ਧਿਆਨ ਆਪਣੀਆਂ ਕਿਤਾਬਾਂ ਨਾਲੋਂ ਵੱਧ ਕੱਪੜਿਆਂ ਉੱਤੇ ਹੁੰਦਾ। ਕਾਲਜ ਵਿੱਚੋਂ ਸ਼ਹਿਰੀ ਮੁੰਡੇ ਕੁੜੀਆਂ ਨਾਲ ਆਪਣੀ ਤੁਲਨਾ ਕਰਦੇ। ਜਿਹੜੇ ਸਹਿਜ ਨਾਲ ਨਵੇਂ ਫੈਸ਼ਨ ਨਾਲ ਜੁੜੇ ਹੁੰਦੇ। ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ, ਉਹਨਾਂ ਦੀ ਰੀਸ ਕਰਦੇ ਆਂ। ਮੁੰਡੇ ਖੁੱਲੀਆਂ ਪੈਂਟਾਂ ਪਾਉਂਦੇ। ਦੇਖ ਤਾਂ ਕਿਦਾਂ ਲੱਗਦਾ ਜਿਦਾਂ ਝੋਲੇ 'ਚ ਪੰਪ ਪਾਇਆ ਹੁੰਦਾ। ਕਿਸੇ ਮਾਰਚੂ ਦੇ ਪਾੜੇ ਵੱਲੋਂ ਖੁੱਲੀ ਪੈਂਟ ਪਾਈ ਵੇਖ ਖੋਦਾ ਕੰਡਕਟਰ ਟਿਕਟਾਂ ਕੱਟਦਾ ਮਜ਼ਾਕ ਕਰਦਾ ਪਾੜਿਆਂ ਨੇ ਤਾਂ ਟਿਕਟਾਂ ਲੈਣੀਆਂ ਨਹੀਂ ਸੀ ਹੁੰਦੀਆਂ ਉਹ ਤਾਂ ਆਪਣੇ ਪਾਸਾਂ ਆਸਰੇ ਪੜ੍ਹਾਈ ਲਈ ਸ਼ਹਿਰ ਜਾਂਦੇ ਸੀ ਜਿਨੇ ਝੋਲੇ 'ਚ ਪੰਪ ਪਾਇਆ ਹੁੰਦਾ ਉਹ ਖੋਦੇ ਕੰਡਕਟਰ ਦੇ ਕਹੀ ਦਾ ਗੁੱਸਾ ਨਾ ਕਰਦਾ ਕੋਈ ਵੀ ਖੋਦੇ ਕੰਡਕਟਰ ਦੇ ਕਹੀ ਦਾ ਗੁੱਸਾ ਨਹੀਂ ਸੀ ਕਰਦਾ ਕਿਉਂ ਇੱਥੇ ਪੈਰਾਂ ਨੂੰ ਗੁੰਦ ਲੱਗ ਗਈ ਆ ਅੱਗੇ ਕਿਉਂ ਨਹੀਂ ਹੁੰਦੇ ਸੀਟ ਤੇ ਕੁੜੀਆਂ ਬੈਠੀਆਂ ਦੇਖ ਕੇ ਉੱਥੇ ਹੀ ਖੜ ਗਏ ਮੁੰਡਿਆਂ ਦੀ ਟੋਲੀ ਨੂੰ ਉੱਚ ਝਟਕਦਾ ਮੁੰਡੇ ਚੁੱਪਚਾਪ ਬਾਸਤੇ ਅੰਦਰ ਵੱਲ ਖਿਸਕ ਜਾਂਦੇ ਆਪਣੀ ਪੁਰਾਣੀ ਥਾਂ ਮੱਲਣ ਵਾਲੀਆਂ ਨਵੀਆਂ ਸਵਾਰੀਆਂ ਵੱਲ ਈਰਖਾ ਜੀ ਨਾਲ ਝਾਕਦੇ ਉੱਥੇ ਖੜੇ ਹੋ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਕੁੜੀ ਨੂੰ ਛੂਹਣ ਦਾ ਮੌਕਾ ਮਿਲਣਾ ਸੀ ਉਹ ਮੌਕਾ ਉਹਨਾਂ ਕੋਲੋਂ ਖੋ ਲਿਆ ਗਿਆ ਖੁਸ਼ਵੰਤ ਤੇ ਸਤਪਾਲ ਵਰਗੇ ਬਹੁਤੇ ਮੁੰਡੇ ਕਦੇ-ਕਦੇ ਸਬਬੀਨ ਛੋਹ ਦੇ ਬਣੇ ਇਸ ਮੌਕੇ ਦਾ ਆਨੰਦ ਮਾਣ ਕੇ ਸਰਸ਼ਾਰ ਹੋ ਜਾਂਦੇ ਪਰ ਹਰਪਾਲ ਵਰਗੇ ਦਲੇਰ ਤੇ ਹੰਡੇ ਇਸ ਤੋਂ ਅੱਗੇ ਚਲੇ ਜਾਂਦੇ ਉਹ ਆਪਣੀ ਮਰਦਾਵੀਂ ਕਰੜਾਈ ਨੂੰ ਜਾਣਬੁੱਝ ਕੇ ਕੁੜੀਆਂ ਨਾਲ ਰਗੜਦੇ ਕੁੜੀਆਂ ਅੰਦਰੋਂ ਕੋਫਤ ਮਹਿਸੂਸ ਕਰਕੇ ਵੀ ਸਾਰਾ ਕੁਝ ਨਜ਼ਰ ਅੰਦਾਜ਼ ਕਰ ਦਿੰਦੀਆਂ ਉਹਨਾਂ ਨੂੰ ਅਹਿਸਾਸ ਸੀ ਕਿ ਸ਼ਹਿਰ ਪੜ ਕੇ ਕੁਝ ਖੁੱਲੀ ਹਵਾ ਦਾ ਆਨੰਦ ਲੈਣਾ ਹੈ ਤਾਂ ਇਸ ਤਰ੍ਹਾਂ ਦੀ ਕੁਝ ਕੀਮਤ ਚੁਕਾਉਣੀ ਪੈਗੀ ਖੁੱਲੀ ਹਵਾ 'ਚ ਫੁੱਲਾਂ ਦੀ ਸੁਗੰਧੀ ਦੇ ਨਾਲ-ਨਾਲ ਮੱਖੀਆਂ ਮੱਛਰ ਵੀ ਹੁੰਦੇ ਆਪਣੀ ਕਰੜਾਈ ਦਾ ਜ਼ਬਰੀ ਅਹਿਸਾਸ ਕਰਾਉਂਦੇ ਮੁੰਡੇ ਉਸੇ ਕਰੜੇ ਸਮਾਜ ਦੇ ਮੱਖੀਆਂ ਮੱਛਰ ਸਨ ਜੋ ਉਹਨਾਂ ਨੂੰ ਕਦਮ ਕਦਮ ਉਤੇ ਟੱਕਰਦਾ ਸੀ ਸ਼ਹਿਰੋਂ ਢਾਈ ਵਾਲੀ ਬੱਸ ਪੋਣੇ ਕੋ ਕੰਟੇਜਪਿੰਡ ਪਹੁੰਚ ਜਾਂਦੀ ਮੁੰਡੇ ਕੁੜੀਆਂ ਟੋਲੀਆਂਾਂ 'ਚ ਗਲੀਆਂ ਹਲਾਉਂਦੇ ਆਪੋ ਆਪਣੇ ਘਰੀਂ ਜਾ ਪਹੁੰਚਦੇ ਜਨਾਨੀਆਂ ਬੂਹੇ 'ਚ ਬੈਠ ਸ਼ਹਿਰੋਂ ਆਉਂਦੇ ਪਾੜੇ ਮੁੰਡੇ ਕੁੜੀਆਂ ਨੂੰ ਘੂਰਦੀਆਂ ਤੇ ਉਹਨਾਂ ਦੇ ਹੱਥ-ਪਾਅ 'ਚੋਂ ਉਹ ਵਰਜਤ ਚੀਜ਼ ਲੱਭਣ ਦੀ ਕੋਸ਼ਿਸ਼ ਕਰਦੀਆਂ ਜੋ ਉਹ ਸ਼ਹਿਰੋਂ ਇਸ ਪਿੰਡ 'ਚ ਲਿਆਏ ਹੋਣਗੇ ਕੁੜੀਆਂ ਚੁੱਪਚਾਪ ਨੀਵੀਂ ਪਾ ਘਰੇ ਜਾ ਵੜਦੀਆਂ ਸ਼ਹਿਰ ਚ ਉਹਨਾਂ ਦਾ ਇਸ ਤੋਂ ਘੱਟ ਨੀਵੀਂ ਨਾਲ ਸਰ ਜਾਂਦਾ ਸੀ ਤੇ ਮੁੰਡੇ ਸੋ ਚੌੜੇ ਹੋ ਕੇ ਲੰਘਦੇ ਵੇਖਾਂ ਕਿਵੇਂ ਅੱਕੜੇ ਆਹੇ ਪਾੜੇ ਸਾਰਾ ਦਿਨ ਬਾਜ਼ਾਰਾਂ ਚ ਗੀੜੀਆਂ ਲਾ ਆ ਜਾਂਦੇ ਤਰਕਾਲਾਂ ਪਾੜਿਆਂ ਦੀ ਪਿੱਠ 'ਚ ਕਿਸੇ ਸੰਕੀ ਬੁੜੇ ਦੀ ਟਕੋਰ ਵੱਜਦੀ ਜੋ ਆਪ ਕਦੇ ਸਕੂਲ ਨਾ ਗਿਆ ਹੁੰਦਾ ਖੁਸ਼ਵੰਤ ਨੂੰ ਵੀ ਪੜਾਖਵਾ ਕੇ ਖੁਸ਼ੀ ਹੁੰਦੀ ਇਹ ਵੀ ਜਿਵੇਂ ਕੋਈ ਡਿਗਰੀ ਸੀ ਜੋ ਸਿਰਫ ਕਾਲਜ 'ਚ ਦੇਖਣ ਦਾਖਲਾ ਲੈਣ ਨਾਲ ਹੀ ਮਿਲ ਜਾਂਦੀ ਸੀ ਅਨਪੜ ਟੱਬਰਾਂ ਦੇ ਘਰ ਤਾਂ ਸ਼ਹਿਰ ਜਾਣ ਵਾਲੇ ਛੋਟੇ ਹੀ ਵੱਡੇ ਬਣ ਜਾਂਦੇ ਸਨ ਜਿਵੇਂ ਹਰਪਾਲ ਸਿੰਘ ਖੁਸ਼ਵੰਤ ਨਾਲ ਵੱਡਾ ਹੋਇਆ ਸੀ ਇਹਨਾਂ ਛੋਟਾ ਪਾਪੇ ਨੇ ਉਹਨੂੰ ਉੱਥੇ ਹੀ ਰਹਿਣ ਦਿੱਤਾ ਸੀ ਜਿੱਥੇ ਉਹ ਸੀ ਇਸ ਧਰਤੀ ਦੇ ਘਰਾਂ ਅੰਦਰ ਪਾਪੇ ਜਾਂ ਪਿਓ ਹੀ ਪੁੱਤਾਂ ਦੀ ਕਿਸਮਤ ਤੈਅ ਕਰਦੇ ਆ ਆਪਣੇ ਪਿਓ ਦੇ ਕਰੜੇ ਸੁਭਾਅ ਦੀ ਬਲੀ ਚੜੇ ਨਿੱਕੇ ਨੇ ਆਪਣੀ ਦੁਕਾਨ ਉੱਤੇ ਕੜਾਈ ਚ ਖੁਰਪੀ ਮਾਰਨੀ ਸ਼ੁਰੂ ਕਰਤੀ ਸੀ ਉਹ ਖੁਆ ਮਾਰਦਾ ਤੇ ਬਰਫੀ ਵੇਸਣ ਬਣਾਉਂਦਾ ਕਦੇ ਮਟਰੀ ਬਣਾਉਂਦਾ ਕਦੇ ਪਕੌੜੇ ਤਲਦਾ ਜਮਾਤ ਵਿੱਚ ਜਮਾਤਣਾ ਤੇ ਖਾਸ ਕਰ ਮੋਚੀਆਂ ਦੀ ਲਾਲੀ ਨੂੰ ਪ੍ਰਭਾਵਿਤ ਕਰਨ ਲਈ ਯਾਦ ਕੀਤੀਆਂ ਤੇ ਉੱਚੀ ਉੱਚੀ ਸੁਣਾਈਆਂ ਹਿਸਾਬ ਦੀਆਂ ਸਮੀਕਰਨਾ ਪਤਾ ਨਹੀਂ ਕਦੋਂ ਕੜਾਈ ਦੇ ਤੱਤੇ ਤੇਲ 'ਚ ਤਲੀਆਂ ਗਈਆਂ ਸਨ ਛੁੱਟੀ ਵਾਲੇ ਦਿਨ ਜਾਂ ਕਦੇ-ਕਦੇ ਕੰਮ ਵਾਲੇ ਦਿਨ ਵੀ ਖੁਸ਼ਵੰਤ ਤੇ ਸਤਪਾਲ ਉਹਦੇ ਕੋਲ ਦੁਕਾਨ 'ਚ ਬੈਠਦੇ ਪਿਆਰੇ ਨੂੰ ਆਪਣੇ ਪੁੱਤਰ ਦੀ ਦੁਕਾਨ ਉੱਤੇ ਵੀ ਕਿਸੇ ਦਾ ਐਵੇਂ ਬੈਠੇ ਰਹਿਣਾ ਪਸੰਦ ਨਹੀਂ ਸੀ ਉਹ ਆਪਣੀ ਦੁਕਾਨ ਉੱਤੇ ਬੈਠਾ ਵੀ ਉਹਦੇ ਉੱਤੇ ਨਜ਼ਰ ਰੱਖਦਾ ਇਸ ਲਈ ਹੁਣ ਵੀ ਉਹਦੋਂ ਮਿਲਦੇ ਜਦੋਂ ਪਿਆਰਾ ਅੱਡੇ ਤੇ ਆਪਣੀ ਦੁਕਾਨ ਤੇ ਨਾ ਹੁੰਦਾ ਉਗਸਰ ਰਾਮੇ ਬਾਰੇ ਗੱਲਾਂ ਕਰਦੇ ਬਿਹਾਰ ਪ੍ਰਤੀ ਉਹਦੀ ਖੇਚ ਨੂੰ ਬਿਹਾਰ ਚ ਰਹਿੰਦੀ ਭਾਬੀ ਦੀ ਖੇਚ ਨਾਲ ਜੋੜਦੇ ਹੁਣ ਉਹ ਕੁੜੀਆਂ ਬਾਰੇ ਵੀ ਗੱਲਾਂ ਕਰ ਲੈਂਦੇ ਖੁਸ਼ਵੰਤ ਤੇ ਸਤਪਾਲ ਉਹਨੂੰ ਆਪਣੇ ਨਾਲ ਪੜ੍ਹਦੀਆਂ ਸ਼ਹਿਰੀ ਤੇ ਪਿੰਡਾਂ ਦੀਆਂ ਕੁੜੀਆਂ ਬਾਰੇ ਦੱਸਦੇ ਉਹਨਾਂ ਕੁੜੀਆਂ ਬਾਰੇ ਜਿਨ੍ਹਾਂ ਨੂੰ ਸਿਰਫ ਦੂਰੋਂ ਤੱਕਿਆ ਜਾ ਸਕਦਾ ਸੀ ਉਹਨਾਂ ਪਿੱਛੇ ਢੀੜੀਆਂ ਲਾਈਆਂ ਜਾ ਸਕਦੀਆਂ ਸੀ ਪਰ ਬੁਲਾਇਆ ਨਹੀਂ ਸੀ ਜਾ ਸਕਦਾ ਮੁੰਡੇ ਤੇ ਕੁੜੀਆਂ ਦੋਵੇਂ ਉਸ ਸਮਾਜਿਕ ਨੇਮ ਦੀ ਜਕੜ ਚ ਸਨ ਜਿਸ ਅਨੁਸਾਰ ਉਹਨਾਂ ਦੀ ਆਪਸ ਚ ਸਧਾਰਨ ਗੱਲਬਾਤ ਵੀ ਅਨੈਤਿਕ ਕਮਾਂ ਚ ਆਉਂਦੀ ਸੀ ਇਹ ਨਹੀਂ ਕਿ ਮੁੰਡੇ ਤੇ ਕੁੜੀਆਂ ਇਸ ਜਕੜ ਨੂੰ ਤੋੜਦੇ ਨਹੀਂ ਸਨ ਚੋਰੀ-ਛੁਪੇ ਸਭ ਨੇਮ ਟੁੱਟਦੇ ਸਨ ਪਰ ਇਸ ਪੜਾ ਤੱਕ ਪਹੁੰਚਣ ਲਈ ਜਿਸ ਸਾਹਸ ਤੇ ਹੌਸਲੇ ਦੀ ਲੋੜ ਹੁੰਦੀ ਸੀ ਉਹ ਜੇ ਖੁਸ਼ਵੰਤ ਤੇ ਸਤਪਾਲ ਕੋਲ ਨਹੀਂ ਸੀ ਅਜੋ ਆਪਣੇ ਕਸਮੈਲੇ ਕੱਪੜਿਆਂ ਵਿੱਚ ਹੋਰਾਂ ਦੇ ਮੁਕਾਬਲੇ ਆਪਣੇ ਆਪ ਨੂੰ ਹੀਣੇ-ਹੀਣੇ ਮਹਿਸੂਸ ਕਰਦੇ ਸਨ ਹਰਪਾਲ ਵਰਗਿਆਂ ਦੀਆਂ ਕਰੀਜ਼ਾਂ ਬੰਨੀਆਂ ਪੈਂਟਾਂ ਕਮੀਜ਼ਾਂ ਵੱਲ ਵੇਖ ਕੇ ਹੀ ਉਹਦੇ ਰਹਿ ਜਾਂਦੇ ਸਨ ਕਿੰਨੇ ਵਰਿਆਂ ਬਾਅਦ ਖੁਸ਼ਵੰਤ ਤੇ ਕਵਿਤਾ ਨੇ ਵੀ ਇਹ ਨੇਮ ਤੋੜੇ ਸਨ ਉਦੋਂ ਤੱਕ ਖੁਸ਼ਵੰਤ ਆਪਣੀ ਪਿੰਡੂ ਹੀਣਤਾ ਤੋਂ ਛੁਟਕਾਰਾ ਪਾ ਚੁੱਕਾ ਸੀ ਨਿੱਕਾ ਉਹਨਾਂ ਦੀਆਂ ਗੱਲਾਂ ਸੁਣਦਾ ਉਹਨਾਂ ਨਾਲ ਸ਼ਹਿਰ ਜਾ ਪਹੁੰਚਦਾ ਪਰ ਛੇਤੀ ਉਹਨੂੰ ਮਹਿਸੂਸ ਹੁੰਦਾ ਕਿ ਖੁਸ਼ਵੰਤ ਤੇ ਸਤਪਾਲ ਦੀ ਇਹ ਦੁਨੀਆ ਉਹਦੀ ਦੁਨੀਆ ਨਹੀਂ ਹੈ ਉਹ ਆਪਣੀ ਦੁਨੀਆ ਬਾਰੇ ਗੱਲਾਂ ਕਰਨਾ ਚਾਹੁੰਦਾ ਇਸੇ ਲਈ ਤਾਂ ਉਦੋਂ ਲਾਲੀ ਦੀ ਗੱਲ ਛਿੜ ਗਈ ਸੀ ਜਦੋਂ ਚਿੜੀਆਂ ਚੀਂ-ਚੀ ਕਰ ਰਹੀਆਂ ਸਨ ਉਹ ਚਿੜੀਆਂ ਜੋ ਧਰਤੀ ਉੱਤੇ ਅਜੇ ਜਿਉਂਦੀਆਂ ਸਨ ਧੰਨਵਾਦ